ਰਾਮ ਸਰੂਪਨ ਖੀਦੀ ਕਹਾਣੀ ਕੈਦਨ ਹੁਣ ਤਾਂ ਇਸ ਇਲਾਕੇ ਚ ਟੈਕਸੀਆਂ ਆਮ ਹੋ ਗਈਆਂ ਸੜਕਾਂ ਦਾ ਵੀ ਕੋਈ ਅੰਤ ਨਹੀਂ ਪੈਸਿਆਂ ਦੀ ਖੇਡ ਹੈ ਜਿੱਥੇ ਮਰਜ਼ੀ ਜਦੋਂ ਲੋਡ ਹੋਵੇ ਟੈਕਸੀ ਲੈ ਜਾਓ ਪਰ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਸ਼ਿਬੂ ਤਖਾਨ ਪਿੱਤਲ ਦੀਆਂ ਫੁੱਲੀਆਂ ਵਾਲੇ ਆਪਣੇ ਰੱਥ ਉੱਤੇ ਬੈਠਾ ਹੈਲੀਕਾਪਟਰ ਦੇ ਕਿਸੇ ਪਾਇਲਟ ਨਾਲੋਂ ਘੱਟ ਨਹੀਂ ਸੀ ਹੁੰਦਾ ਚਿੱਟੀਆਂ ਝੱਲਰਾ ਵਾਲਾ ਟੂਲੀ ਰੰਗਾ ਉਠੜ ਨਵੇਂ ਰਥ ਉਤੇ ਤਖਾਨੇ ਚੜਵਾਇਆ ਸੀ ਸ਼ੌਂਕੀ ਬਲਦਾਰ ਤਾਂ ਕੀ ਪਿੰਡੇ ਤੇ ਮੱਖੀ ਨਹੀਂ ਸੀ ਸਹਾਰ ਦੇ ਬਹੁਤ ਹੀ ਚਲਾਕ ਦੇਸੂ ਸੁਨਿਆਰ ਤੇ ਮੱਖਣ ਨੂੰ ਨਾਲ ਲੈ ਕੇ ਮੈਂ ਸੌਰੀ ਗਿਆ ਸੀ ਮੁਕਲਾਵਾ ਲੈਣ ਜਾਂਦੇ ਮੁੰਡੇ ਨੂੰ ਚਾਹ ਦੇ ਨਾਲ ਕੁਝ ਸੰਗਜੀ ਵੀ ਹੁੰਦੀ ਹੈ ਮਿੱਠਾ ਮਿੱਠਾ ਧਰ ਇਸ ਕਰਕੇ ਮੈਂ ਦੇਸੂ ਤੇ ਮੱਖਣ ਨੂੰ ਨਾਲ ਲੈ ਕੇ ਗਿਆ ਮਾਂ ਨੇ ਤਾਂ ਸਭ ਕੁਝ ਜਾਣ ਕੇ ਉਹਨਾਂ ਨੂੰ ਮੇਰੇ ਨਾਲ ਤੋਰਿਆ ਸੀ ਉਹ ਕਹਿੰਦੀ ਸੀ ਸਾਡਾ ਕੰਦਾ ਤਾਂ ਕੁੜੀਆਂ ਅਰ ਗਏ ਇਹਨੂੰ ਇਕੱਲੇ ਨੂੰ ਤਾਂ ਸਾਲੀਆਂ ਨੇ ਚੁੰਡੀਆਂ ਹੀ ਖਾ ਜਾਣਾ ਇਹਦੇ ਤਾਂ ਮੂੰਹ 'ਚ ਬੋਲ ਨਹੀਂ ਡੀਡੇ ਤੇ ਦੇਸੂ ਮੇਰਾ ਮਲਾਪ ਮਲਾਪੀ ਸੀ ਸਾਡਾ ਗਵਾਂਢੀ ਵੀ ਅਕਸਰ ਮੈਂ ਉਹਦੇ ਪਹਾਾਰੇ ਤੇ ਬੈਠਾ ਰਹਿੰਦਾ ਸੀ ਉਸ ਕੋਲੋਂ ਰੂਪ ਪਸੰਦ ਦਾ ਚਿੱਠਾ ਲੈ ਕੇ ਉੱਚੀ ਉੱਚੀ ਪੜਦਾ ਤੇ ਮੈਨੂੰ ਚਿੱਠਾ ਸੁਣ ਕੇ ਬਹੁਤ ਖੁਸ਼ ਹੁੰਦਾ ਮੱਖਣ ਨਾਲ ਮੇਰੀ ਬੁੱਕਲ ਖੁੱਲੀ ਸੀ ਅਸੀਂ ਇਕੱਠੇ ਘਰ ਦੀ ਕੱਢੀ ਸ਼ਰਾਬ ਪੀਂਦੇ ਬੋੜੇ ਖੂਹ ਵਾਲੇ ਪੀਪਲ ਦੀਆਂ ਜੜ੍ਹਾਂ 'ਚ ਬਹਿ ਕੇ ਸਾਧਾਂ ਦੀ ਨਿਮੋਧੀਆ ਗੱਲਾਂ ਕਰਦੇ ਹਾਜ਼ਰ ਜਵਾਬੀ ਚ ਮੱਖਣ ਸਾਰੇ ਪਿੰਡ ਚ ਉੱਗਾ ਸੀ। ਉਹਦੇ ਵਰਗੀ ਗੱਲ ਕਿਸੇ ਨੂੰ ਨਹੀਂ ਸੀ ਔੜਦੀ। ਦੇਸੂ ਤੇ ਮੱਖਣ ਨੂੰ ਨਾਲ ਲਾ ਜਾ ਕੇ ਮੈਨੂੰ ਪੂਰਾ ਤਰਵਾਸ ਹੋ ਗਿਆ ਸੀ। ਮੈਨੂੰ ਡਰ ਨਹੀਂ ਸੀ ਰਹਾ ਕਿ ਸੌਰਿਆਂ ਦੀ ਕੋਈ ਕੁੜੀ ਮੈਨੂੰ ਤੰਗ ਕਰ ਸਕੇਗੀ। ਉਹ ਵੀ ਕਹਿੰਦੇ ਸੀ ਕੰਧਿਆ ਤੂੰ ਚੁੱਪੀ ਨਾ ਅਸੀਂ ਬਾਣੀ ਪਾ ਦੇਾਂਗੇ ਸਾਰਿਆਂ ਦਾ। ਸਾਰਿਆਂ ਦੇ ਘਰ ਚ ਬਾਰੇ ਚ ਜਾ ਕੇ ਅਸੀਂ ਅਜੇ ਬੈਠੀ ਸੀ ਵੀ ਕੁੜੀਆਂ ਮੀਂਹ ਦੀ ਵਾਟ ਮੰਗ ਵਾਂ ਖੜੀਆਂ ਕੋਈ ਕੁਛ ਬੋਲਦੀ ਕੋਈ ਕੁਛ ਕਦੇ-ਕਦੇ ਉਹਨਾਂ ਦੀ ਕਿਚਰ-ਕਿਚਰ ਬਿਲਕੁਲ ਬੰਦ ਹੋ ਜਾਂਦੀ ਜਿਵੇਂ ਉਹਨਾਂ ਕੋਲੋਂ ਸਾਰੀਆਂ ਮਸ਼ਕਰੀਆਂ ਮੁੱਕ ਗਈਆਂ ਹੋਣ ਤੇ ਕਿਸੇ ਵੀ ਕੁੜੀ ਨੂੰ ਕੋਈ ਨਵੀਂ ਗੱਲ ਨਾ ਉੜਦੀ ਹੋਵੇ ਕੋਈ ਕੁੜੀ ਫੇਰ ਉਹੀ ਘਸਿਆ ਹੋਇਆ ਸਵਾਲ ਕਰ ਦਿੰਦੀ ਵੇ ਮੁਕੰਦ ਤੂੰ ਆਪਣੀ ਭੈਣ ਨੂੰ ਨਾਲ ਨਾ ਲੈ ਕੇ ਆਇਆ ਦੂਜੀ ਪੁੱਛਦੀ ਵੇ ਮੁਕੰਦ ਮਾਂ ਨੇ ਤੈਨੂੰ ਕਿੰਨੇ ਰੁਪਏ ਦਿੱਤੇ ਨੇ ਸਾਲੀਆਂ ਨੂੰ ਦੇਣ ਨੂੰ ਮੈਨੂੰ ਕਹਿੰਦਾ ਮਾਂ ਨੂੰ ਬਈ ਤੈਨੂੰ ਚੱਜਦਾ ਤਾਂ ਜੰਮਦੀ ਇੱਕ ਕੁੜੀ ਨੇ ਮੇਰੇ ਗੰਧਵੇਂ ਰੰਗ ਤੇ ਝੋਟ ਕੀਤੀ ਮੈਂ ਤਾਂ ਘਾਉ ਮਾਉ ਜੇ ਪਹਿਲਾਂ ਹੀ ਸੀ ਦੇਸੂ ਤੇ ਮੱਖਣ ਵਿੱਚ ਉਪ ਕਰਕੇ ਬੈਠੇ ਰਹੇ ਮਾਂ ਦਾ ਦੋਸ਼ ਕੀ ਆ ਵਿਚਾਰੀ ਦਾ ਨਹੀਂ ਪਿਓ ਦਾ ਤਾਂ ਇਹ ਲੱਗਦਾ ਨਹੀਂ ਤੇ ਫਿਰ ਕਿੰਨੇ ਹੀ ਸਵਾਲ ਕਿੰਨੀਆਂ ਹੀ ਝੋਟਾਂ ਤੇ ਫਿਰ ਕਿਚਰ ਕਿਚਰਕਾ ਮਾਰੋਲੀ ਕਿਸੇ ਦੀ ਕੋਈ ਸਮਝ ਨਾ ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਤੇ ਜ਼ਿੰਦਗੀ ਚ ਪਹਿਲੀ ਵਾਰ ਇਹੋ ਜਿਹੇ ਸਵਾਲ ਆਪਣੇ ਉੱਤੇ ਹੁੰਦੇ ਸੁਣ ਕੇ ਮੈਨੂੰ ਹਰਖ ਜਿਹਾ ਚੜ ਗਿਆ ਮੇਰਾ ਚਿਹਰਾ ਘਰਟਿਆ ਗਿਆ ਦੇਸੂ ਨੇ ਖੰਘੂਰ ਮਾਰੀ ਥੁੱਕ ਨੂੰ ਸੰਗੋ ਲਗਾ ਕੇ ਆਖਿਆ ਤੁਸੀਂ ਕੋਈ ਚੱਜ ਦੀ ਗੱਲ ਤਾਂ ਕਰੋ ਬੈਠੋ ਕੋਈ ਮਤਲਬ ਦੀ ਗੱਲ ਛੇੜੋ ਤੂੰ ਸੱਗ ਗਵਾਰਾਂ ਨੂੰ ਵੀ ਮਾਤ ਪਾਤ ਦੀ ਤੂੰ ਚੁੱਪ ਕਰਕੇ ਬੈਠਿਆ ਰਹਿ ਵੀ ਆਂਡਲਾ ਗਵਾਰ ਤੇਰੀ ਮਾਂ ਹੋਊਗੀ ਤੇਰੀ ਮਾਂ ਨੇ ਕੀ ਵੰਡਿਆ ਸੀ ਵੀ ਤੇਰੇ ਜੰਮੇ ਤੋਂ ਕੋਲੇ ਇੱਕ ਕੁੜੀ ਨੇ ਨਾਲ ਦੀ ਨਾਲ ਆਖ ਦਿੱਤਾ ਨਹੀਂ ਇੱਟਾ ਕੋਲੇ ਤਾਂ ਮੁਕੰਦ ਦੀ ਮਾਂ ਨੇ ਵੰਡੇ ਹੋਣਗੇ ਇੱਕ ਹੋਰ ਕੁੜੀ ਟੇਡੇ ਢੰਗ ਨਾਲ ਦੇਸੂ ਦੇ ਗੋਰੇ ਰੰਗ ਦੀ ਤਾਰੀਫ ਕਰ ਗਈ ਸੀ ਮੱਖਣ ਜਿਹੜਾ ਗੱਲ ਦਾ ਮੋੜ ਦੇਣ ਚ ਆਪਣੇ ਆਪ ਨੂੰ ਖੱਬੀ ਖਾਨ ਸਮਝਦਾ ਸੀ ਹੁਣ ਗੁੰਨਰ ਵੱਟਾ ਬਣਿਆ ਬੈਠਾ ਸੀ ਮੇਰੇ ਚੁੱਪ ਕੀਤੇ ਮੂੰਹ ਹਲ ਝਾਕ ਕੇ ਉਹਨੇ ਕੁੜੀਆਂ ਨੂੰ ਆਖਿਆ ਤੁਸੀਂ ਹਵਾ ਤਾਂ ਹੁਣ ਆਉਣ ਦਿਓ ਬਾਹਰ ਵਿੱਚ ਦੀ ਬਹਿ ਜਾ ਜਾਂ ਅੰਦਰ ਲੰਘ ਆਓ ਮੱਖਣ ਹੱਥ ਜੋੜ ਕੇ ਖੜ ਗਿਆ ਆ ਦੇਖੋ ਨਹੀਂ ਖਾਂਗੂ ਜਾ ਓਦੋਂ ਵੀ ਚੜਦਾ ਹੈ ਮੱਖਣ ਦੇ ਕਹਿਰੇ ਸਰੀਰ ਉਤੇ ਕੁੜੀ ਨੇ ਝੋਟ ਕੀਤੀ ਕੁੜੀਆਂ ਚ ਇੱਕ ਕੁੜੀ ਜਿਹੜੀ ਅਜੇ ਤਾਈ ਬੋਲੀ ਨਹੀਂ ਸੀ ਤੇ ਹੁਣ ਤਾਂ ਮੁਸਕਰਾ ਹੀ ਰਹੀ ਸੀ ਜਾਂ ਕਿਸੇ ਗੱਲ ਉੱਤੇ ਕਦੇ ਕਦੇ ਸੰਕੋਚਵਾ ਜਾਂ ਹਸੀ ਸੀ ਨੇ ਮੈਨੂੰ ਆਖਿਆ ਮੁਕੰਦ ਮਹਿੰਦੀ ਦੱਸ ਕਿਦੇ ਹੱਥੋਂ ਲਵਾਣੀ ਐ ਸਾਡੇ ਚੋਂ ਤੂੰ ਉਂਗਲ ਕਰਦੇ ਜਿਹਦੇ ਕੰਨੀ ਕਰਨੀ ਐ ਇਹ ਤੇਰੀ ਪੱਕੀ ਸਾਲੀ ਤੇ ਉਹ ਮਹਿੰਦੀ ਲਾਉ ਉਹੀ ਰੁਪਈਆ ਲਾਉ ਇਸ ਕੁੜੀ ਨੇ ਮੇਰੇ ਵਾਲੇ ਮੰਜੇ ਦੀ ਪੈਂਦਵਲ ਸੇਰਵੇ ਉੱਤੇ ਆਪਣੀ ਸੱਜੀ ਟੰਗ ਧਰ ਲਈ ਗੋਡੇ ਉੱਤੇ ਕੋਣੀ ਤੇ ਹਥੇਲੀ ਉੱਤੇ ਠੁੱਡੀ ਰੱਖ ਕੇ ਉਹ ਇੱਕ ਟੰਗ ਦੇ ਭਾਰ ਖੜੀ ਸੀ ਗੱਲ ਕਰਦੀ ਤਾਂ ਉਹਦੇ ਕੰਨਾਂ ਦੇ ਕਾਂਟੇ ਉਹਦੀਆਂ ਗੱਲਾਂ ਨੂੰ ਛੋਹ ਜਾਂਦੇ ਇਸ ਤਰ੍ਹਾਂ ਨਾਲ ਉਹ ਬਹੁਤ ਪਿਆਰੀ ਲੱਗ ਰਹੀ ਸੀ ਹੌਲੀ ਹੌਲੀ ਰਿਸਕ ਦੀਆਂ ਦੂਜੀਆਂ ਕੁੜੀਆਂ ਵਿੱਚ ਬਾਰੇ ਦਾ ਬਾਤ ਟੱਪਾਈਆਂ ਸੀ ਮੈਂ ਕੁਝ ਨਹੀਂ ਸੀ ਬੋਲ ਰਿਆ ਇੰਉਂ ਦਾ ਸੀ ਤਿੰਨੇ ਵੰਡ ਲਾਂਗੇ ਤੁਹਾਨੂੰ ਰੁਪਈਆ ਲਈ ਜਾਏ ਉਹ ਤੇ ਪੱਕੀਆਂ ਸਾਲੀਆਂ ਬਣਨੀਆਂ ਜਾਏ ਮੱਖਣ ਹੌਸਲਾ ਫੜ ਚੁੱਕਾ ਸੀ ਮੈਨੂੰ ਕੁਝ ਆਸਰਾ ਜਿਹਾ ਹੋਇਆ ਵੀ ਹੁਣ ਕੁਝ ਨਾ ਕੁਝ ਮੋੜ ਜ਼ਰੂਰ ਦਿੰਦਾ ਰਹੇਗਾ ਸਾਰੀਆਂ ਜੜੀਆਂ ਹਿੜ-ਹਿੜ ਕਰਕੇ ਹੱਸ ਪਈਆਂ ਇੱਕ ਬੋਲੀ ਲੈ ਕੋੜੇ ਮੂੰਹ ਦੇ ਕੇ ਦਾ ਰੁਪਈਆ ਦੇਣ ਵਾਲੇ ਦਾ ਰੁਪਈਆ ਜੇਬ 'ਚ ਹੈ ਵੀ ਤੇਰੇ ਛਿਲਕਾਂ ਦੀਆਂ ਕੋੜਿਆ ਮੇਰੀ ਪੈਨ ਦੇ ਕੋਲੇ ਇੱਕ ਟੰਗ ਦੇ ਭਾਰ ਕੁੜੀ ਖੜੀ ਕੁੜੀ ਨੇ ਮੰਝੇ ਉੱਤੋਂ ਪੰਨਿਆਂ ਵਾਲੀ ਪੱਖੀ ਚੁੱਕ ਕੇ ਮੇਰੇ ਮੋਢੇ ਨੂੰ ਠੁਕੋ ਰਿਆ ਮਹਿੰਦੀ ਦਸ ਕੀ ਤੋ ਲਵਾਣੀ ਆ ਤੂੰ ਹੀ ਲਾ ਦੇ ਮੇਰੇ ਮੋਹ ਨਿਕਲਿਆ ਹੋਰ ਸਭ ਕੁੜੀਆਂ ਚੁੱਪ ਹੋ ਗਈਆਂ ਮੈਂ ਮਹਿਸੂਸ ਕੀਤਾ ਜਿਵੇਂ ਉਹਨਾਂ ਨੂੰ ਉਸ ਕੁੜੀ ਨਾਲ ਈਰਖਾ ਹੋ ਗਈ ਹੋਈ ਨਹੀਂ ਤੂੰ ਲਾ ਲੀਂ ਚਾ ਮਹਿੰਦੀ ਲਾ ਕੇ 80 ਰੁਪਈਆਂ ਦੀਆਂ ਭੁੱਖੀਆਂ ਨਹੀਂ ਫਿਰਦੀਆਂ ਨਿਬਿੰਦਰ ਆ ਖਾਂਗੂ ਜਾ ਤਾਂ ਜਮਾ ਤੇਰੇ ਪੁਰਾਣੇ ਅਰ ਗਿਆ ਇੱਕ ਕੁੜੀ ਨੇ ਇੱਕ ਟੰਗ ਦੇ ਭਾਰ ਖੜੀ ਕੁੜੀ ਦਾ ਤਾਂ ਧਿਆਨ ਮੱਖਣ ਵਾਲ ਕੀਤਾ ਤਾਂ ਮੇਰੇ ਤਾਂ ਮਹਿੰਦੀ ਤੂੰ ਹੀ ਲਾਈ ਮੱਖਣ ਨਿਬਿੰਦਰ ਨੂੰ ਕਿਹਾ ਬਿੰਦਰ ਦਾ ਹੌਕਾ ਨਿਕਲ ਗਿਆ ਉਹਨੇ ਆਪਣੀ ਟੰਗ ਮੰਝੀ ਉਤੋਂ ਥੱਲੇ ਲਾ ਲਈ ਤੇ ਨਿਰੁੱਤਰ ਹੋ ਕੇ ਖੜੀ ਰਹੀ ਨੀ ਕਿਉਂ ਆਉਂਦਿਆਂ ਨੂੰ ਜੱਫਾ ਪਾ ਲਿਆ ਤੁਸੀਂ ਪਾਣੀ ਧਾਣੀ ਤਾਂ ਪੀ ਲੈਣ ਦਿਓ ਇਹਨਾਂ ਨੂੰ ਮੇਰੀ ਸੱਸ ਨੇ ਪੌੜੀਆਂ ਵਿੱਚ ਹੋਕਰਾਂ ਮਾਰਿਆ ਤਾਈ ਅਸੀਂ ਤੇਰੇ ਜਵਾਈ ਨੂੰ ਜੇਬ 'ਚ ਤਾਂ ਪਾ ਕੇ ਨਹੀਂ ਲੈ ਜਾੰਗੀਆਂ ਬਿੰਦਰ ਨੇ ਕਿਹਾ ਨਾ ਭਾਈ ਪਹਿਲਾਂ ਪਾਣੀ ਧਾਣੀ ਪੀ ਲੈਣ ਦਿਓ ਨਾ ਧੋ ਲੈਣ ਦਿਓ ਮਹਿੰਦੀ ਲਾਉਣ ਆਈਆਂ ਮਟਾ ਲਿਓ ਸਿੱਕਾਂ ਸੱਸ ਨੇ ਉਹਨਾਂ ਨੂੰ ਜਾਣ ਲਈ ਆਖਿਆ ਚਲੋ ਨੀ ਚਲੋ ਤਾਈ ਦਾਤਾ ਆਇਆ ਜਮਾਈ ਖਰਾ ਨੋਖਾ ਇੱਕ ਵੱਡੀ ਉਮਰ ਦੀ ਕੁੜੀ ਨੇ ਕਿਹਾ ਤੇ ਆਪਣੀ ਗੋਦੀ ਚੁੱਕ ਕੇ ਜਵਾਕ ਦੀ ਨਲੀ ਪੁੰਝ ਕੇ ਕੰਧ ਨਾਲ ਮਲਦੀ ਸੂਰਜ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਤੋਂ ਥੱਲੇ ਉਤਰ ਰਿਹਾ ਸੀ ਚੇਤ ਵਸਾਖ ਦੇ ਦਿਨ ਸਨ 12 13 ਨੂੰ ਰੱਥ ਵਿੱਚ ਬੈਠਿਆਂ ਦੇ ਪਾਸੇ ਦੁਖਣ ਲੱਗ ਪਏ ਕੋਸੇ ਪਾਣੀ ਨਾਲ ਅਸੀਂ ਹੱਥ ਮੂੰਹ ਧੋਤਾ ਤੇ ਚਾਹ ਪਾਣੀ ਪੀਣ ਲੱਗੇ ਆਥਨ ਦੇ ਸੰਧੂਰੀ ਚਾਨਣ ਵਿੱਚ ਕਲਕ ਕੋਲਣ ਲੱਗੀ ਤਾਂ ਅਸੀਂ ਬੋਤਲ ਦਾ ਡੱਟ ਪਟ ਲਿਆ ਥੜੀ ਮਹਿੰਦੀ ਖੋਲ ਕੇ ਜਦ ਕੁੜੀਆਂ ਆਈਆਂ ਅਸੀਂ ਜਬਲੀਆਂ ਮਾਰ ਰਹੇ ਸੀ ਪਹਿਲੇ ਤੋੜ ਦੀ ਕੱਢੀ ਬੋਤਲ ਮੱਖਣ ਪਿੰਡੂ ਹੀ ਲੈ ਆਇਆ ਸੀ ਸਾਨੂੰ ਕੋਈ ਪਤਾ ਨਹੀਂ ਸੀ ਕੁੜੀਆਂ ਕੀ ਕੀ ਬੋਲਦੀਆਂ ਨੇ ਅਸੀਂ ਉਹਨਾਂ ਨੂੰ ਕੀ ਜਵਾਬ ਦਿੰਦੇ ਰਹੇ ਸਾਡੇ ਕਮਲਵਾਤ ਉਹ ਜਿੱਤ ਕੇ ਉਹਨਾਂ ਨੇ ਸਾਡੀਆਂ ਹਥੇਲੀਆਂ ਉਤੇ ਮਹਿੰਦੀ ਦੀ ਇੱਕ ਇੱਕ ਗਰੋਲੀ ਧਰੀ ਪੌੜੀਆਂ ਉਤਰ ਗਈਆਂ ਵਿੰਦਰ ਨੂੰ ਸ਼ਾਇਦ ਮੈਂ 5 ਰੁਪਏ ਮਹਿੰਦੀ ਲਵਾਈ ਦੇ ਦਿੱਤੇ ਸੀ ਤੇ ਕੁੜੀਆਂ ਪੌੜੀਆਂ ਉਤਰੀਆਂ ਤਾਂ ਦੇਸੂ ਤੇ ਮੱਖਣ ਨੇ ਮਹਿੰਦੀ ਵਾਲੇ ਹੱਥ ਕੰਧਾਂ ਨਾਲ ਘਸਾਤੇ ਮੇਰਾ ਹੱਥ ਤਾਂ ਲੈ ਕੰਜਰ ਦੀਆਂ ਕੱਟੇ ਦੀ ਮੋਕ ਕੱਟੇ ਦੀ ਮੋਕ ਨਾਲ ਲੜਬੜ ਗਈਆਂ ਹੱਥ ਹੱਥੇ ਲੀਨੂ ਨੱਕ ਕੋਲ ਕਰਕੇ ਮੱਖਣ ਨੇ ਗਿਆ ਓਏ ਮੈਨੂੰ ਵੀ ਲੱਗਦਾ ਦੇ ਸੁਨੇ ਹੰਗਾਰਾ ਭਰਿਆ ਅਸੀਂ ਅੱਧਾ ਘੰਟਾ ਉੱਚੀ ਉੱਚੀ ਹੱਸਦੇ ਰਹੇ ਇੱਕ ਇੱਕ ਪੈਗ ਮੱਖਣ ਨੇ ਹੋਰ ਪਾਇਆ ਮੈਂ ਵੀ ਤਾਂ ਮੇਰੇ ਤਜਵੇਂ ਪੈਰ ਚੁੱਕੇਗੇ ਬਹੁਤੀ ਸ਼ਰਮ ਮੈਨੂੰ ਸੁਖਾਉਂਦੀ ਨਹੀਂ ਸੀ ਰੋਟੀ ਅਸੀਂ ਅੱਧ ਪਚੱਦ ਜੀ ਖਾਧੀ ਨਾ ਖਾਣ ਵਰਗੀ ਨਾ ਖਾਣ ਵਰਗੀ ਦੇਸੂ ਤੇ ਮੱਖਣ ਤੇ ਚੁਬਾਰੇ ਮੂਰੇ ਮੰਜਿਆਂ ਤੇ ਬਿਸਤਰਾ ਵਿਛਾ ਕੇ ਪੈ ਗਏ ਮੈਨੂੰ ਮੇਰੀ ਸੱਸ ਨੇ ਥੱਲੇ ਸੱਦ ਲਿਆ ਸ਼ਰਾਬ ਉਤੋਂ ਦੀ ਹੋਗੀ ਸੀ ਮੈਨੂੰ ਗੱਲ ਨਹੀਂ ਸੀ ਆੜਰੀ ਬੁਗ-ਬੁਗ ਕਰਕੇ ਸਭ ਖਾਦਾ ਪੀਤਾ ਮੇਰੇ ਅੰਦਰੋਂ ਬਾਹਰ ਹੋ ਗਿਆ ਬੇਸੁੱਧ ਹੋ ਕੇ ਦਰਵਾਜ਼ੇ 'ਚ ਡਹੇ ਪਏ ਇੱਕ ਮੰਜੇ ਉੱਤੇ ਮੈਂ ਢੇਰੀ ਹੋ ਗਿਆ ਅਜੇ ਵੀ ਮੈਨੂੰ ਉਲਟੀਆਂ ਆ ਰਹੀਆਂ ਸੀ ਅਮਰਜੀਤ ਮੇਰੀ ਪਤਨੀ ਮਾਪਿਆਂ ਦੀ ਇਕੱਲੀ ਧੀ ਸੀ ਭਾਈ ਵੀ ਕੋਈ ਨਹੀਂ ਸੀ ਸੋਹਰਾ ਰੋਟੀ ਖਾ ਕੇ ਬਾਹਰਲੇ ਘੜ ਡੰਗਰਾਂ ਕੋਲ ਜਾ ਪਿਆ ਸੱਸ ਪਤਾ ਨਹੀਂ ਕਿਹੜੇ ਧੰਦਿਆਂ 'ਚ ਫਸੀ ਹੋਈ ਸੀ ਉਨੇ ਚਾਰੇ ਚੋਂ ਥੱਲੇ ਮੈਨੂੰ ਸੱਦ ਤਾਂ ਲਿਆ ਸੀ ਪਰ ਜੇ ਗੱਲ ਕੋਈ ਨਹੀਂ ਸੀ ਕੀਤੀ ਮੈਨੂੰ ਉਲਟੀਆਂ ਆ ਰਹੀਆਂ ਸੀ ਸੁੱਕੇ ਬੱਤ ਆਉਂਦੇ ਤਾਂ ਜਿਵੇਂ ਮੇਰਾ ਕਾਲਜਾ ਇਕੱਠਾ ਹੋ ਜਾਂਦਾ ਮੈਂ ਔਖਾ ਸੀ ਸੁਰਤ ਵੀ ਕੋਈ ਨਹੀਂ ਸੀ ਸ਼ਰਾਬ ਤੇਜ ਸੀ ਤੇ ਮੈਂ ਪੀ ਵੀ ਬਹੁਤੀ ਲਈ ਸੀ ਤੇ ਦਰਵਾਜ਼ੇ ਚ ਮੰਜੇ ਤੇ ਪਿਆ ਮੈਂ ਜ਼ਖਮੀ ਸੱਪ ਵਾਂਗ ਮੇਲ ਰਿਹਾ ਸੀ ਕਦੇ ਉਸ ਬਾਹੀ ਨਾਲ ਕਦੇ ਉਸ ਨਾਲ ਪਾਣੀ ਦੀ ਗੜਵੀ ਲੈ ਕੇ ਆਇਆ ਕੋਈ ਕੁਝ ਚਿਰ ਮੇਰੇ ਸਰਾਣੇ ਖੜਾ ਰਿਹਾ ਫਿਰ ਉਹਨ ਜਲ ਪਰ ਕੇ ਹਵਾੜਾਂ ਛੜਦਾ ਮੇਰਾ ਮੂੰਹ ਨੇ ਪਾਣੀ ਨਾਲ ਪਹੁੰਚ ਦਿੱਤਾ ਮੇਰੇ ਬੁੱਲਾਂ ਨੂੰ ਉਹਦੇ ਨਰਮ ਨਰਮ ਪੋਟਿਆਂ ਨੇ ਸਾਫ਼ ਕੀਤਾ ਫਿਰ ਪਾਣੀ ਦੀ ਗੜਵੀ ਉਹਨੇ ਮੇਰੇ ਮੂੰਹ ਨੂੰ ਲਾਤੀ ਪਾਣੀ ਦੀ ਘੁੱਟ ਅੰਦਰ ਗਈ ਜਿਵੇਂ ਮੇਰੀ ਸੁਰਤ ਭਰ ਤਾਈ ਮੈਨੂੰ ਲੱਗਿਆ ਜਿਵੇਂ ਮੇਰੀ ਸੱਸ ਹੋਵੇ ਪਰ ਨਹੀਂ ਉਹ ਸੱਸ ਨਹੀਂ ਸੀ ਉਹਦੇ ਪੋਟੇ ਤਾਂ ਕੁਲੇ ਕੁਲੇ ਸੀ ਅੰਗੂਰਾਂ ਦੀ ਛੋ ਵਰਗੇ ਉਹਦੇ ਹੱਥ ਤਾਂ ਨਰਮ ਨਰਮ ਸੀ ਨਿੱਗੇ ਨਿੱਗੇ ਕੁਗੀਆਂ ਵਰਗੇ ਫਿਰ ਮੈਂ ਸੋਚਿਆ ਅਮਰਜੀਤ ਆਪ ਹੀ ਹੋਏਗੀ ਪਰ ਨਹੀਂ ਉਹ ਅਮਰਜੀਤ ਵੀ ਨਹੀਂ ਸੀ ਜਦੋਂ ਉਹ ਕਰੰਟ ਵੈਲ ਦੀ ਆਪਣੀ ਚੁੰਨੀ ਨਾਲ ਮੇਰਾ ਮੂੰਹ ਪੂੰਝ ਰਹੀ ਸੀ ਮੈਂ ਅੱਖਾਂ ਪੱਟ ਕੇ ਦੇਖਿਆ ਤਾਂ ਉਹੀ ਕੁੜੀ ਸੀ ਮਹਿੰਦੀ ਲਾਉਣ ਵਾਲੀ ਕੁੜੀ ਪਤਲੀ ਜੀ ਬੱਗੇ ਰੰਗ ਵਾਲੀ ਮਧਰੀ ਜੀ ਸੌ ਸੌ ਅੱਖਾਂ ਵਾਲੀ ਕੁੜੀ ਬਿੰਦਰ ਮੁਕੰਤੂ ਅੱਖਾਂ ਦਾ ਨਿਬਾਲਾ ਮੇਰੇ ਮੱਥੇ ਤੇ ਸਿਰ ਦੇ ਵਾਲ ਆਪਣੀ ਹਥੇਲੀ ਨਾਲ ਪਛਾਹ ਹਟਾ ਕੇ ਉਹਨੇ ਪੁੱਛਿਆ ਬੇਸੁਰਤੀ ਚ ਮੇਰੀ ਪੱਗ ਪਤਾ ਨਹੀਂ ਕਿੱਥੇ ਡਿੱਗ ਪਈ ਸੀ ਮੇਰੇ ਮੂੰਹੋਂ ਸਿਰਫ ਐਨੀ ਗੱਲ ਹੀ ਨਿਕਲੀ ਹਾਏ ਅਮਰਜੀਤ ਨੂੰ ਬੁਲਾ ਦੇ ਅਮਰਜੀਤ ਕਿਵੇਂ ਆਜੂ ਉਹ ਕੁਰਕੀ ਲੈ ਕੇ ਭਈ ਹਾਏ ਅਮਰਜੀਤ ਹਾਈ ਨਹੀਂ ਮਰ ਗਿਆ ਮੈਨੂੰ ਸ਼ਰਾਬੀਆਂ ਵਾਲਾ ਬੋਰਡ ਫੁੱਟ ਪਿਆ ਸੀ ਤੈਂ ਅਮਰਜੀਤੋਂ ਕੀ ਲੈਣਾ ਮੈਨੂੰ ਦੱਸ ਜਿਹੜੀ ਗੱਲ ਐ ਕੀ ਚਾਹੀਦਾ ਬੋਲ ਤੈਨੂੰ ਬਿੰਦਰ ਨੇ ਮੇਰੇ ਸਿਰ ਦਾ ਜੂੜਾ ਕੱਸ ਕੇ ਬੰਨ੍ਹ ਦਿੱਤਾ ਦੋ ਤਿੰਨ ਸੁੱਕੇ ਵਤ ਮੈਨੂੰ ਫੇਰ ਆਏ ਮੇਰਾ ਕਾਲਜਾ ਇਕੱਠਾ ਹੋ ਕੇ ਜਿਵੇਂ ਗਲ 'ਚ ਫਸਿਆ ਸੀ ਮੇਰੀ ਜਾਨ ਨਿਕਲਣ ਵਾਲੀ ਹੋ ਗਈ ਉਹਨੇ ਮੇਰੀਆਂ ਦੋਵੇਂ ਪੁਰਪੜੀਆਂ ਘੁੱਟ ਲਈਆਂ ਚੁੰਨੀ ਤੇ ਲਾੜ ਨਾਲ ਮੇਰਾ ਮੂੰਹ ਪੁੰਝਿਆ ਗੜਵੀ 'ਚੋਂ ਪਾਣੀ ਦੀ ਘੁੱਟ ਪਰਵਾਈ ਮੈਂ কুরਲੀ ਕੀਤੀ ਦਰਵਾਜ਼ੇ 'ਚ ਘੁੱਪਨੇ ਰਹਾ ਸੀ ਚਲਾਨੇ 'ਚ ਚੁੱਲ੍ਹਾ ਗੋਹਿਆਂ ਦੀ ਅੱਗ ਨਾਲ ਬਗਿਆ ਹੋਇਆ ਸੀ ਚੁੱਲੇ ਤੇ ਪਤੀਲਾ ਕੱਢ ਰਿਆ ਸੀ ਇਸ ਬਾਤ ਚ ਅੰਨੀ ਜੀ ਲਾਲਟਨ ਦਾ ਪੀਲਾ ਚਾਨਣ ਸੀ ਵੱਖੀ ਪਰਨੇ ਪਾਈ ਦੀ ਪਤਾ ਨਹੀਂ ਮੇਰੀ ਕਦੋਂ ਅੱਖ ਲੱਗੀ ਬਿੰਦਰ ਪਤਾ ਨਹੀਂ ਕਦੋਂ ਮੇਰੇ ਕੋਲੋਂ ਚਲੀ ਗਈ ਸੱਸ ਦੁੱਧ ਦਾ ਗਲਾਸ ਲੈ ਕੇ ਆਈ ਮੇਰੇ ਅੰਦਰ ਤਾਂ ਪਾਣੀ ਦਿੱਤੇ ਪਰ ਮਸਾਂ ਪੱਚਦੀ ਸੀ ਦੁੱਧ ਨੂੰ ਕਿਵੇਂ ਮੂੰਹ ਲਾਉਂਦਾ ਦਰਵਾਜ਼ੇ 'ਚ ਉਂਗਲਾ ਆ ਜਾਂ ਉੱਠ ਕੇ ਮੈਂ ਪੌੜੀਆਂ ਚੜ੍ਹਿਆ ਚੁਬਾਰੇ 'ਚ ਜਾ ਪਿਆ ਭੈਣ ਸਰਸ ਹੋ ਗਿਆ ਦੂਜੇ ਦਿਨ ਤੜਕੇ ਬਿੰਦਰ ਪਤਾ ਨਹੀਂ ਕੀ ਕਿੱਥੋਂ ਕੋਈ ਦਵਾਈ ਲਈ ਆਈ ਪਾਣੀ ਦੇ ਗਲਾਸ 'ਚ ਢੋਲ ਕੇ ਮੈਨੂੰ ਪਿਆ ਗਈ ਦਵਾਈ ਪੀ ਕੇ ਮੈਨੂੰ ਦੋ ਤਿੰਨ ਡਕਾਰ ਆ ਗਏ ਮੇਰਾ ਅੰਦਰ ਖੁੱਲ ਜਿਆ ਗਿਆ ਗੰਨਾ ਜੇ ਕਿਤੋਂ ਮਿਲ ਜੇ ਤਾਂ ਸਾਰਾ ਅੰਦਰ ਧੋਤਾ ਜਾਏ ਮਿਲ ਜੂ ਬਾਜੀ ਕਿਤੋਂ ਮੈਂ ਸੱਸ ਤੋਂ ਪੁੱਛਿਆ ਗੰਨਿਆਂ ਦੀ ਰੁੱਤ ਵੀ ਐ ਹੁਣ ਕੋਈ ਜੀਜਾ ਮੇਰਿਆ ਪਾੜਾ ਹੀ ਰਹਿ ਗਿਆ ਨਾ ਬਸ ਬਿੰਦਰ ਲੋਟਪੋਟ ਹੋ ਗਈ ਮੇਰੀ ਸੱਸ ਵੀ ਹੱਸ ਪਈ ਦੇਸੂ ਦੇ ਮੱਖਣ ਕੋਲ ਬੈਠੇ ਪੋਲਾ ਪੋਲਾ ਮੁਸਕਰਾਏ ਮੈਨੂੰ ਉਹਨਾ ਮੂਹਰੇ ਸੰਗ ਲੱਗੀ ਉਸੇ ਦਿਨ ਦੁਪਹਿਰ ਦੀ ਰੋਟੀ ਖਾਣ ਪਿੱਛੋਂ ਅਸੀਂ ਅਮਰਜੀਤ ਨੂੰ ਲੈ ਕੇ ਪਿੰਡ ਆ ਗਏ। ਦੇਸੂ ਤੇ ਮੱਖਣ ਤਾਂ ਇੱਕ ਸਾਈਕਲ ਤੇ ਪਿੰਡ ਪਹੁੰਚ ਗਏ ਸੀ ਤੇ ਰਾਤ ਵਿੱਚ ਮੈਂ ਤੇ ਅਮਰਜੀਤ ਹੀ ਸੀ। ਰਾਜ ਕਿੰਨੀਆਂ ਗੱਲਾਂ ਸੀ ਕਰ ਲਈਆਂ। ਗੱਲਾਂ-ਗੱਲਾਂ 'ਚ ਬਿੰਦਰ ਦੀ ਗੱਲ ਵੀ ਛੇੜ ਗਈ। ਉਹਦੀ ਗੱਲ ਮੈਂ ਜਾਣ ਕੇ ਛੇੜੀ ਸੀ। ਉਸ ਕੁੜੀ ਦੇ ਵਿਹਾਰ ਤੇ ਤਾਂ ਮੇਰੇ ਅੰਦਰ ਕੋਈ ਖਾਸ ਥਾਂ ਬਣ ਗਈ ਸੀ। ਅਮਰਜੀਤ ਨੇ ਮੈਨੂੰ ਦੱਸਿਆ ਬਿੰਦਰ ਦੀ ਆਪਣੇ ਪਰੌਣੇ ਨਾਲ ਬਣਦੀ ਨਹੀਂ। ਬਿੰਦਰ ਤਾਂ ਵੱਡਾ ਬਣੋਈਆ ਜਦ ਇੱਥੇ ਆਉਂਦਾ ਬਿੰਦਰ ਜੀ ਇੱਥੇ ਹੋਵੇ ਤਾਂ ਉਹਦੀ ਇੰਨੀ ਸੇਵਾ ਕਰਦੀ ਐ। ਰਹਿ ਰੱਬ ਦਾ ਨਾ। ਇਹ ਆਪਣੋ ਯਾਰ ਸਮਝਦਾ ਵੀ ਇਹਨੂੰ ਛੋਟੀ ਭੈਣ ਵਾਂਗ ਹੈ ਵਿੰਦਰ ਦਾ ਪ੍ਰੋਣਾ ਪਰ ਇਹਦੇ ਸੁਭਾਅ ਤੇ ਸ਼ੱਕ ਕਰਦਾ ਅਮਰਜੀਤ ਜਦ ਦਰਵਾਜ਼ਾ ਲੈ ਕੇ ਆਈ ਉਹਨੇ ਦੱਸਿਆ ਵੀ ਵਿੰਦਰ ਦਾ ਪ੍ਰੋਣਾ ਦੂਜਾ ਵਿਆਹ ਕਰਾਉਣ ਨੂੰ ਫਿਰਦਾ ਹੈ ਮੇਰਾ ਦਿਲ ਢੇਰੀ ਹੋ ਗਿਆ ਵਿੰਦਰ ਅਰਗੀ ਕੁੜੀ ਦੀ ਆ ਹਾਲਤ ਦਰੋਜੀ ਅਮਰਜੀਤ ਨੂੰ ਲੈਣ ਜਦ ਮੈਂ ਗਿਆ ਤਾਂ ਵਿੰਦਰ ਉੱਥੇ ਹੀ ਸੀ ਪਰ ਉਹ ਸਾਡੇ ਘਰ ਨਹੀਂ ਸੀ ਆਈ ਉਹ ਤਾਂ ਉਦੋਂ ਦੇਲੀੋਂ ਬਾਹਰ ਪੈਰ ਨਹੀਂ ਸੀ ਧਰਦੀ ਬੁੜੀਆਂ ਸੌ ਸੌ ਗੱਲਾਂ ਬਣਾਉਂਦੀਆਂ ਸੀ ਉਤੋਂ ਬਾਅਦ ਜਦ ਕਦੇ ਮੈਂ ਸੋਰੀ ਜਾਂਦਾ ਬਿੰਦਰ ਕਦੇ ਵੀ ਨਾ ਮਿਲਦੀ ਕਦੇ ਉਹ ਸਾਡੇ ਨਾਨਕੇ ਗਈ ਹੁੰਦੀ ਕਦੇ ਭੂਆ ਕੋਲ ਕਦੇ ਕਿਤੇ ਕਦੀ ਕਿਤੇ ਉਹਦਾ ਪ੍ਰੌਣਾ ਹੁਣ ਉਹਨੂੰ ਲੈ ਕੇ ਨਹੀਂ ਸੀ ਜਾਂਦਾ ਰੰਗੜਾ ਉਹ ਵੀ ਪੂਰਾ ਰੱਖਦੀ ਤੇ ਮੈਂ ਉਹਨੂੰ ਇੱਕ ਵਾਰ ਮਿਲਣਾ ਚਾਹੁੰਦਾ ਸੀ ਮਿਲ ਕੇ ਉਹਦਾ ਦੁੱਖ ਪੁੱਛਣਾ ਚਾਹੁੰਦਾ ਸੀ ਮੁੰਡੇ ਦੀ ਛੂਛਕ ਲੈ ਕੇ ਅਮਰਜੀਤ ਆਈ ਤਾਂ ਉਹਨੇ ਦੱਸਿਆ ਵੀ ਬਿੰਦਰ ਮਿਲੀ ਸੀ ਉਹ ਤਾਂ ਸੁੱਕ ਕੇ ਤਾਂਬੜ ਬਣੀ ਹੋਈ ਐ ਨੀਰੀ ਫੱਟੀ ਚਿਹਰਾ ਝੁਰੜਾ ਗਿਆ ਐ ਅੱਖਾਂ ਦੇ ਘੇਰੇ ਕਾਲੇ ਹੋ ਗਏ ਆ ਮੂੰਹ ਚ ਬੋਲਨੇ ਖੁੱਦੋਂ ਵਾਂਗ ਬੁੜਕਣ ਟੱਪਣ ਵਾਲੀ ਤਾਂ ਉਹ ਬਿੰਦਰ ਹੀ ਨਹੀਂ ਰਹੀ ਉਹਦਾ ਕੁਦਰਤੀ ਖੁੱਲਾ ਸੁਭਾਅ ਉਸ ਲਈ ਇੱਕ ਸਰਾਪ ਬਣ ਗਿਆ ਸੀ ਉਹਦਾ ਮੱਛੜਪਰੋਣਾ ਉਹਦੀ ਖੁੱਲ ਨੂੰ ਦੇਖ ਕੇ ਸਭੋਂ ਹੋਰ ਬਲਖਾ ਗਿਆ ਹੋਵੇਗਾ ਬਿੰਦਰ ਦਾ ਕੀ ਕਸੂਰ ਜਾਂ ਤਾਂ ਉਸ ਮੱਛੜ ਦੀ ਜੇਬ ਚ ਪੈ ਜਾਂਦੀ ਤੇ ਜਾਂ ਆਪਣੇ ਮੋਹ ਦੇ ਸੰਕ ਵਿੱਚ ਉਹਦੀ ਮੱਛੜਪੁਣਾ ਖੋਰ ਦਿੰਦੀ ਉਸਨੂੰ ਭੋਲ ਨੂੰ ਕੀ ਪਤਾ ਸੀ ਵੀ ਉਹਦੇ ਹੱਸਦੇ ਦੰਦਾਂ ਨੂੰ ਇੱਕ ਦਿਨ ਹਥੌੜੇ ਦੀ ਸੱਟ ਪਏਗੀ ਤੇ ਉਹਦੇ ਮੂੰਹ ਚੋਂ ਸਦਾ ਲਈ ਹਾਸਾ ਮੁੱਕ ਜਾਏਗਾ ਉਹਨੂੰ ਕੀ ਪਤਾ ਸੀ ਵੀ ਕਿਸੇ ਉਪਰੇ ਬੰਦੇ ਨਾਲ ਹੱਸ ਕੇ ਬੋਲ ਲੈਣਾ ਤੇ ਖੁੱਲ ਕੇ ਗੱਲ ਕਰ ਲੈਣੀ ਵੀ ਪਤੀ ਧਰਮ ਦੇ ਉਲਟ ਹੈ। ਦੂਜਿਆਂ ਨਾਲ ਹੱਸਣਾ ਬੋਲਣਾ ਪਤੀ ਧਰਮ ਦੇ ਉਲਟ ਕੋਈ ਕਿਉਂ ਨਹੀਂ ਸਮਝਦਾ। ਉਹ ਸਮਝ ਨਾ ਸਕੇ। ਇਹੋ ਜਿਹਾ ਵੀ ਕੋਈ ਮਨੁੱਖ ਹੁੰਦਾ ਹੈ ਜਿਹੜਾ ਬਿਨਾਂ ਹੀ ਆਪਣੀ ਤੀਵੀ ਉੱਤੇ ਕੋਈ ਸ਼ੱਕ ਕਰ ਲੈਵੇ। ਤਰ੍ਹਾਂ ਤਰ੍ਹਾਂ ਦੇ ਉਹਨੂੰ ਸਵਾਲ ਪੁੱਛੇ, ਤਰ੍ਹਾਂ ਤਰ੍ਹਾਂ ਦੀ ਉਸ ਨਾਲ ਗੱਲਾਂ ਕਰੇ, ਬਿੰਦਰ ਵਿਚਾਰੀ ਸਮਝ ਨਾ ਸਕੇ। ਉਹਦੇ ਅੰਦਰ ਕਿਸੇ ਸੱਚ ਦੀ ਹੈਂਕੜ ਸੀ। ਉਸ ਹੈਂਕੜ ਨੇ ਉਹਨੂੰ ਡੁਬਿਆ। ਉਹ ਆਪਣੇ ਆਪ ਚ ਕੈਦ ਸੀ ਆਪਣੇ ਉਸ ਸੁਭਾਅ ਉਤੇ ਹੁਣ ਉਹਨੂੰ ਛੋੜਾ ਸੀ ਜਿਵੇਂ ਕਦੇ ਪਹਿਲਾਂ ਦੇ ਨਹੀਂ ਐਵੇਂ ਜਿਵੇਂ ਚੁੱਪ ਕੀਤੀ ਜੀ ਰਹਿੰਦੀ ਕੀ ਲੈਣਾ ਸੀ ਉਹਨੇ ਪਨੋਈਏ ਦੀ ਤਹਿਲ ਸੇਵਾ ਤੋਂ ਕੰਮਕਾਰ ਚ ਇੰਨਾ ਰੁੱਝ ਗਿਆ ਸੀ ਕਿ ਮੈਂ ਕਈ ਸਾਲ ਸੌਰੀ ਨਾ ਜਾ ਸਕਿਆ ਮਰਜੀਤ ਵੀ ਨਹੀਂ ਸੀ ਗਈ ਫਿਰ ਮੇਰੀ ਬਦਲੀ ਪਿੰਡ ਤੋਂ ਕਈ 100 ਮੀਲ ਦੂਰ ਹੋ ਗਈ ਸਾਲ ਚ ਇੱਕ ਅਦਵਾਰ ਮੈਂ ਪਿੰਡ ਆਉਂਦਾ ਤਾਂ ਇੱਕ ਦੋ ਦਿਨ ਰਹਿ ਕੇ ਚਲਾ ਜਾਂਦਾ ਮੇਰੇ ਸਹੁਰਿਆਂ ਦੀਆਂ ਦੋ ਸੱਜਰ ਸੂਈਆਂ ਮੱਝਾਂ ਇੱਕ ਫੌਜੀ ਟੈਂਕ ਦੀ ਫੇਟ ਲੱਗ ਕੇ ਮਰ ਗਈਆਂ ਤਾਂ ਮੈਂ ਅਫਸੋਸ ਕਰਨ ਉੱਥੇ ਗਿਆ ਅੱਡੇ ਉੱਤੇ ਬੱਸ ਤੋਂ ਉਤਰਿਆ ਤਾਂ ਬਿੰਦਰ ਦੀ ਮਾਂ ਨੇ ਮੇਰੀ ਪਿੱਠ ਪਛਾਣ ਕੇ ਮੈਨੂੰ ਹਾਕ ਮਾਰ ਲਈ ਹੌਲੀ-ਹੌਲੀ ਮੇਰੀਆਂ ਅੱਖਾਂ ਨੇ ਗਵਾਈ ਭਰੀ ਬਿੰਦਰ ਵੀ ਕੋਲ ਖੜੀ ਸੀ ਉਹਨੇ ਮੈਨੂੰ ਸੱਸੀ ਕਾਲ ਕਹੀ ਉਹਦੇ ਬੁੱਲ ਮਸਾਂ ਹੀ ਫੜ ਕੇ ਉਹਦੀ ਨਿਗਾਹ ਧਰਤੀ ਤੇ ਹੀ ਗੱਡੀ ਰਹੀ ਉਹਦੀ ਗੋਦੀ ਸਾਲਕ ਪਰ ਦੀ ਕੁੜੀ ਦੁੱਧ ਚੁੰਘ ਰਹੀ ਸੀ ਮਲਵੀ ਜੀ ਜੀਬ ਨਾਲ ਉਹਨੇ ਅਮਰਜੀਤ ਦੇ ਮੁੰਡੇ ਕੁੜੀਆਂ ਦੀ ਸੁੱਖ ਸੰਤ ਪੁੱਛੀ ਮਾਵਾਂ ਧੀਆਂ ਦੇ ਕੋਲ ਇੱਕ ਬੰਦਾ ਖੜਾ ਸੀ ਹੱਥ 'ਚ ਕਿਰਪਾਨ ਮਿਆਂ ਉੱਤੇ ਜਰਖਾ ਦੇ ਲੋਹੇ ਦੀਆਂ ਪੱਤੀਆਂ ਉਹਦੀ ਦਾੜੀ 'ਚ ਕੋਈ ਕੋਈ ਕਾਲਾ ਵਾਲ ਸੀ ਮਿੱਚੀਆਂ ਅੱਖਾਂ ਤੇ ਮੋਟਾ ਨਕੌੜਾ ਕਾਲੇ ਧੂਸ ਰੰਗ ਵਾਲਾ ਖੁਰਦਰਾ ਚਿਹਰਾ ਬਿੰਦਰ ਦੇ ਨਵੇਂ ਪੁਰਾਣੇ ਨੇ ਮੇਰੇ ਨਾਲ ਹੱਥ ਮਲਾਇਆ ਅਸੀਂ ਮੀਂਹ ਤੇ ਫਸਲਾਂ ਦੀਆਂ ਗੱਲਾਂ ਛੇੜ ਲਈਆਂ ਧੰਨਵਾਦ ਸਮਾ